ਅਮ੍ਰਿਤਪਾਲ ਸਿੰਘ ਮਹਿਰੋਂ ਜਿਹੜਾ ਉੱਥੇ ਇੱਕਦਮ ਪਹੁੰਚ ਗਿਆ ਸੀ, ਉਹਨੇ ਕੰਧ ਦੇ ਉੱਤੇ ਸਾਫ ਲਫ਼ਜ਼ ਲਿਖ ਦਿੱਤੇ ਹੈ ਕਿ ਸਿੱਖ ਇਸ ਦਾ ਬਦਲਾ ਲੈਣਗੇ ਤੇ ਲੈਣਗੇ। ਮੇਰਾ ਦੋਤਾ ਰਾਤ ਸਾਰੀ ਰਾਤ ਰੋਂਦਾ ਰਿਹਾ ਜਦੋਂ ਉਹਨੇ ਇਹ ਫਿਲਮ ਦੇਖੀ ਹੈ, ਵੀਡੀਓ ਦੇਖਿਆ ਕਿ ਇਹੋ ਜਿਹਾ ਹਾਲ ਹੈ। ਉੱਨੀ ਦੇ ਵਿੱਚ ਸਾਡੀਆਂ ਬੀਬੀਆਂ ਦੇ ਉੱਤੇ ਬਲਾਤਕਾਰ ਕੀਤੇ ਗਏ ਹੈ, ਸਾਡੇ ਨੌਜਵਾਨ ਬੱਚਿਆਂ ਦੇ ਸਿਰਾਂ ਦੇ ਵਿੱਚ ਟੈਰ ਪਾ ਕੇ ਉਹਨਾਂ ਨੂੰ ਫੂਕ ਦਿੱਤਾ। ਇਹ ਸਮਝਦੇ ਕਿ ਆਪਣੇ ਆਪ ਹਿੰਦੂ ਰਾਜ ਵਾਲੇ ਅਸੀਂ ਇਹਨਾਂ ਦੇ ਨਾਲ ਟੱਕਰਾਂਗੇ ਚੰਗੀ ਤਰ੍ਹਾਂ। ਸਰਕਾਰ ਹੈ ਜੀ, ਫਿਰ ਇਹ ਬੀਜੇਪੀ ਦਾ ਰਾਜ ਹੈ ਦਿੱਲੀ ਸੈਂਟਰ ਦੇ ਵਿੱਚ। ਇਹ ਦੋਨੋਂ ਪਾਰਟੀਆਂ ਨੂੰ ਤਾਂ ਮੱਥੇ ਨਹੀਂ ਲਾਉਣਾ ਚਾਹੀਦਾ ਕਿਸੇ ਵੀ ਇਹ ਵੋਟਰ ਨੂੰ ਜਾਂ ਕੋਈ ਸਿੱਖ ਨੂੰ ਜਾਂ ਮੁਸਲਮਾਨ ਨੂੰ। ਕੋਈ ਵੀ ਵਜ਼ੀਰ ਕੇਜਰੀਵਾਲ ਨੇ ਆਪਣੀ ਕੈਬਨਿਟ ਦੇ ਵਿੱਚ ਸਿੱਖ ਨਹੀਂ ਰੱਖਿਆ। ਇੱਥੋਂ ਤੱਕ ਕਿ ਇਹਨਾਂ ਨੇ ਦੁਸ਼ਮਣੀ ਸਿੱਖਾਂ ਦੇ ਨਾਲ ਪਾਈ ਹੋਈ ਹੈ, ਭੁੱਲਰ ਦਾ ਕੇਸ ਹੋ ਗਿਆ, ਤੇ ਫਿਰ ਇੱਥੇ ਪਤਾ ਨਹੀਂ ਕੀ ਲੈਣ ਆਏ ਆ। ਇਹ ਯੂਪੀ ਦੇ ਵਿੱਚ ਕਿਉਂ ਨਹੀਂ ਇਲੈਕਸ਼ਨ ਲੜਦੇ? ਕਿਉਂ ਕਰਕੇ ਇਹਨਾਂ ਦਾ ਸਮਝੌਤਾ ਹੈ ਬੀਜੇਪੀ ਦੇ ਨਾਲ? ਸਾਡਾ ਅੰਮ੍ਰਿਤਪਾਲ ਸਿੰਘ